ਵੀ ਮਿੱਤਰੋ, ਕੀ ਹਾਲ ਚਾਲ ਹੈ ਤੁਹਾਡਾ? ਅੱਜ ਹੈਗੀ ਜੇ ਦੂਜੀ ਹੋਲੀ, ਪਹਿਲੀ ਹੋਲੀ ਉੱਥੇ ਹੀ ਜਦੋਂ ਘਰੇ ਹਾਂ ਅਤੇ ਅੱਜ ਦੂਜੀ ਚੋਂ ਹੋਲੀ ਚੜ ਗਈ ਆ ਅਤੇ ਅਸੀਂ ਆਪਣੇ ਲੰਗਰ ਦੇ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਲੰਗਰ ਲਾਉਣਾ। ਅਸੀਂ ਭਾਂਡੇ ਅਸੀਂ ਉਤਾਰਤੇ ਆ ਅਤੇ ਹੁਣ ਪਾਣੀ ਦਾ ਅਰੇਂਜਮੈਂਟ ਕਰਕੇ ਅਤੇ ਚਾਹ ਦਾ ਕਰਦੇ ਬੰਦੋਬਸਤ। ਮਿੱਤਰੋ ਹੁਣ ਅਸੀਂ ਆਏ ਜੇ ਨਹਾਉਣ ਨੂੰ, ਹੁਣ ਅਸੀਂ ਚੱਲੇ ਜੇ ਗੁਰਦੁਆਰੇ ਘੁੰਮਣ ਜਿਹੜੇ ਦੂਰ ਵਾਲੇ ਆ। ਅਸੀਂ ਗੱਡੀਆਂ ਨਹੀਂ ਖੜਦੀਆਂ ਕਿਉਂਕਿ ਸੰਗਤ ਘੱਟ ਆ, ਤਾਂ ਕਰਕੇ ਫਿਰ ਦੋ ਤਿੰਨ ਗੱਡੀਆਂ ਜਾਣੀਆਂ, ਫਿਰ ਉਹਨਾਂ 'ਤੇ ਬਹਿ ਜਾਂਦੇ ਆਪਾਂ। ਇੱਧਰ ਅਸੀਂ ਮੁੜ ਕੇ ਜੇ ਗੁਰੂ ਕਾ ਲਾਹੌਰ ਨੂੰ ਘੋੜ ਬਹੁਤ ਹੈ ਜਿਹੜਾ। ਅਭੀ ਚੜਾਈ ਪੈਣ ਦੀ ਗੱਡੀ ਨੂੰ, ਵੇਖੋ ਅਸੀਂ ਗੇਰ ਮੰਗੀ ਗੱਡੀ ਇੱਥੇ ਪਊਗਾ ਪਟਾਕਾ ਪੂਰਾ। ਇੱਥੇ ਇਹਨਾਂ ਮੰਗਣਾ ਟੂਲ ਤੇ ਅਸੀਂ ਜਾਣਾ ਨੀ ਇਹਨਾਂ ਨੂੰ, ਐਵੇਂ ਟੂਲ ਬਣਾ ਕੇ ਬੈਠੇ ਇੱਥੇ ਆਪਣੇ ਕਾਲ। ਇੱਥੇ ਪਊਗਾ ਪੰਗਾ, ਦੂਜੇ ਬੰਨੇ ਲਵਾਓ। ਮੈਂ ਚਲਾ ਇਹ ਪੰਗਾ ਬਚ ਗਏ ਵਿਚਾਰੇ, ਤੁਹਾਡੀਆਂ ਚੈੱਕ ਕਰੋ ਤੁਸੀਂ ਨਾਲਾਂ ਦੇ ਵਧੀਆ ਆਪਣੀ ਬਲੂਥ ਬੰਦ ਕਰੀ। ਵੇਖੋ ਵੇਖੋ ਹਾਰਨ ਮਾਰ ਕੇ ਚੜਾਈ ਪੈ ਜਾਂਦਾ ਰਸਤਾ ਖਰਾਬ ਆ ਗਿਆ, ਗੱਡੀ ਦਾ ਮੋਸ਼ਨ ਮਰ ਗਿਆ। ਫਿਰ ਮੈਂ ਕਿਹਾ ਸੀ ਹਿਮਾਚਲ ਵਾਲਿਆਂ ਨੂੰ ਵੀ ਸੜਕ ਬਣਾ ਦਿਓ, ਗੱਡੀ ਮੇਲੇ ਆਉਣੀ ਆ। ਬਹੁਤ ਖਤਰਨਾਕ ਮੋੜ ਪਾਇਆ, ਗੱਡੀਆਂ ਬਹੁਤ ਔਖੀਆਂ ਹੁੰਦੀਆਂ।
ਸਾਰਾ ਕਾਰਡ ਬਣਿਆ ਪਿਆ ਹਾਂ ਇਹ ਗੱਡੀ ਦੇ ਮੋਸ਼ਨ ਮਾਰ ਸਕਦਾ ਕਿਸੇ ਟਾਈਮ ਬਹੁਤ ਆਉਂਦੀਆਂ ਸੰਗਤ ਲੈ ਕੇ ਪਹੁੰਚ ਗਏ ਜੀ ਅਸੀਂ ਗੁਰੂ ਕੇ ਲਾਹੌਰ ਦੇਖੋ ਮਿੱਤਰਾ ਉਹ ਗੁਰਦੇ ਗੁਰੂ ਕਹਿੰਦਾ ਹੋਰ ਪਹਿਲਾਂ ਅਸੀਂ ਇੱਧਰ ਮੱਥਾ ਟੇਕ ਲਈਏ ਗੱਡੀ ਅਸੀਂ ਲਾਤੀ ਆ ਉੱਥੇ ਲਾਓ ਵੀ ਇੱਥੇ ਮੱਥਾ ਟੇਕ ਲਿਆਉਣ ਜੇ ਗੁਰਦੁਆਰੇ ਜਾਂਦੇ ਹਾਂ ਉੱਥੇ ਲਓ ਵੀ ਆ ਜੇ ਗੁਰੂ ਕਾ ਲਾਹੌਰ ਦਾ ਇਤਿਹਾਸ ਸਾਰੇ ਜਣੇ ਪੜ੍ਹ ਲਓ ਇਹ ਆਪਣਾ ਡਰਾਈਵਰ ਜੇ ਗੁਰਨਾਮ ਸਿੰਘ ਉੱਤੋਂ ਬਣਾਉਂਦੇ ਆ ਅਸੀਂ ਬੰਬੇ ਵਾਲੇ ਆ ਪੌੜੀਆਂ ਚੜ ਕੇ ਜਾਣਾ ਪੈਂਦਾ ਉੱਪਰ ਇੱਥੇ ਅਸੀਂ ਫੋਟੋ ਸ਼ੂਟ ਕਰ ਰਹੇ ਹਾਂ ਲੱਗੀਆਂ ਗੱਡੀਆਂ ਆਪਣੀਆਂ ਉਧਰੋਂ ਅਸੀਂ ਆਏ ਇੱਧਰ ਹੁਣ ਅਸੀਂ ਚੱਲੇ ਲੰਗਰ ਹਾਲ ਚ ਲੋ ਵੀ ਹੁਣ ਆਹ ਗੱਡੀ ਛੱਡਦੀ ਅਸੀਂ ਦੂਜੀ ਗੱਡੀ ਜਾਂਦੇ ਹਾਂ ਸਣੀ ਵਾਲੀ ਚ ਸਣੀ ਬੜਾ ਖੇੜੇ ਪਿਆ ਸਾਡੇ ਵੀ ਨਾਲ ਚੱਲ ਲਹੂ ਸਫੇਦ ਹੋ ਗਿਆ ਕਹਿੰਦਾ ਹੈ ਮੈਂ ਲਹੂ ਦਾ ਰੰਗ ਲਾਲ ਕਰ ਦਈਏ ਹੁਣ ਆ ਕੇ ਜੇ ਇੱਧਰ ਛੱਟਾ ਦੇ ਦਈਏ ਮੈਂ ਗੱਡੀ ਨਵੀਂ ਗੱਡੀ ਆ ਨਵੀਂ ਗੱਡੀ ਨੂੰ ਮੈਂ ਛੱਟਾ ਦੇ ਦਈਏ ਮਹਾਰਾਜ ਸਮਟ ਨਹੀਂ ਕਰੇ ਸਣੀ ਸਿੰਘ ਨੂੰ ਅਗਲੇ ਸਾਲ ਇੱਕ ਏਦਾਂ ਦੀ ਇੱਕ ਗੱਡੀ ਹੋਰ ਆਵੇ ਹੁਣ ਚੱਲੇ ਭਪੋਰ ਸਾਹਿਬ ਉਹ ਕੱਪੜਾ ਬਣਾਈ ਚਾਲੂ ਵੀਡੀਓ ਤੁਰ ਪਏ ਇੱਥੋਂ ਉੱਥੇ ਜਾਣਾ ਭਪੋਰ ਸਾਹਿਬ ਕਰਦੀ ਪਾਸ ਕੇ ਕਾਫੀ ਚੜ੍ਹਾਈ ਪੈ ਰਹੀ ਹੈ ਗੱਡੀ ਨੂੰ ਓਦਾਂ
ਮੈਨੂੰ ਸਮਝੀ ਨਹੀਂ ਆਈ ਮੈਂ ਪ੍ਰਿੰਸੀਪਲ ਇਹ ਬੋਲ ਕੇ ਵੀ ਦੱਸਣਾ ਹੁੰਦਾ ਵਾ ਆਹੋ ਦੱਸੀ ਆ ਜੋ ਮਰਜ਼ੀ ਬੋਲੀ ਆ ਦੇਖੋ ਨੀਲਾ ਨੀਲਾ ਪਾਣੀ ਵੀ ਆਉਣ ਚੱਲੇ ਸੀ ਭਬੋਰ ਸਾਹਿਬ ਗੁਰਦੁਆਰੇ ਆਏ ਮਦਰੋ ਜਿਹੜਾ ਪੁਲ ਕਹਿੰਦੇ ਪੁਲ ਬਣ ਰਿਹਾ ਪੁਲ ਬਣ ਗਿਆ ਮਰਜ਼ੀ ਆ ਭਬੋਰ ਸਾਹਿਬ ਹੁਣ ਕੋਈ ਗੱਲ ਬਾਤ ਹੀ ਨਹੀਂ ਆ ਲਓ ਵੀ ਆ ਪੁਲ ਗਿਆ ਜੇ ਬਣ ਹੁਣ ਭਬੋਰ ਸਾਹਿਬ ਆਓ ਤੇ ਮਥਾ ਟੇਕੋ ਅੱਗੇ ਉਹ ਪੁਲ ਚਾਲੂ ਸੀ ਉਹ ਵਾਲਾ ਹੁਣ ਆਹ ਬਣ ਗਿਆ ਡਬਲ ਹੋ ਗਿਆ ਉੱਥੇ ਜਾਮ ਬਹੁਤ ਲੱਗਦਾ ਸੀ ਇਹ ਗੱਡੀ ਟਾਪੋ ਟਾਪ ਜਾ ਰਹੀ ਹੈ ਗੱਡੀ ਬਹੁਤ ਸਪੀਡਾਂ ਜਾ ਰਹੀ ਹੈ ਲਓ ਵੀ ਇੱਥੋਂ ਥੋੜ੍ਹਾ ਹੀ ਰਹਿ ਗਿਆ ਇੱਥੋਂ ਹੁਣ ਭਬੋਰ ਸਾਹਿਬ ਗੁਰਦੁਆਰਾ ਪਹੁੰਚ ਗਏ ਅਸੀਂ ਭਬੋਰ ਸਾਹਿਬ ਲਾ ਵੀ ਪਹੁੰਚ ਗਏ ਜੀ ਭਬੋਰ ਸਾਹਿਬ ਅਸੀਂ ਚੈੱਕ ਕਰੋ ਲਾ ਵੀ ਟੈਂਕੀਆਂ 'ਚ ਪਾਣੀ ਬੜਾ ਭਰਿਆ ਸੀ ਕੱਢ ਦਈਏ ਇਹਨੂੰ ਲਾ ਵੀ ਵੇਖੋ ਆਹ ਨਿਆਣੇ ਕਿੰਨੇ ਕਿੰਨੇ ਵੇਖੀ ਆ ਵੇਖੋ ਲਾ ਵੀ ਮੱਥਾ ਟੇਕ ਲਿਆ ਜੇ ਹੁਣ ਅਸੀਂ ਲੱਗੇ ਤੁਰਨ ਇੱਥੋਂ ਇੱਥੋਂ ਲੱਗੇ ਤੁਰਨ ਅਸੀਂ ਅਗਲੇ ਗੁਰਦੁਆਰੇ ਜਾਵਾਂਗੇ ਕੀਰਤਪੁਰ ਸਾਹਿਬ ਕਾਫੀ ਡਾਊਨ ਪੈ ਰਹੀ ਹੈ ਲਓ ਵੀ ਆ ਗਈ ਹੈ ਟ੍ਰੇਨ ਆ ਜੀ ਮਤਲਬ ਪੁਰਾਣਾ ਰੋਡ ਹੈ ਉਹਦੇ ਹੈਵੀ ਵਹੀਕਲ ਨਹੀਂ ਲਾਊਡ ਹੁਣ ਨਵਾਂ ਪੁਲ ਬਣਾਤਾ ਵਾਲਾ ਸਾਜਾ ਯਾਰ ਠੰਡਾ ਆ ਗਿਆ ਉਹ ਬੜੀ ਹੈ ਜੋ ਆ ਰਿਹਾ
ਬੰਦ ਜੇ ਕੀਰਤਪੁਰ ਸਾਹਿਬ ਵਾਲਾ ਲਾ ਵੀ ਪਹੁੰਚ ਗਿਆ ਜੀ ਹੁਣ ਕੀਰਤਪੁਰ ਸਾਹਿਬ। ਵੀ ਹੁਣ ਅਸੀਂ ਮੱਥਾ ਮੁੱਥਾ ਟੇਕ ਕੇ ਅਤੇ ਹੁਣ ਅਸੀਂ ਜਾਣਾ ਜੇ ਬਾਬਾ ਗੁਰਦਿੱਤਾ ਜੀ ਦੇ ਅਤੇ ਬਾਬਾ ਬੁੱਢਾ ਸ਼ਾਹ ਜੀ ਦੇ। ਧੰਨ ਬਾਬਾ ਗੁਰਦਿੱਤਾ। ਧੰਨ ਧੰਨ ਬਾਬਾ ਗੁਰਦਿੱਤਾ ਜੀ, ਦੀਨ ਦੁਨੀ ਦਾ ਕਾਟਕਾ ਜੀ, ਜੋ ਵਰ ਮੰਗਿਆ ਸੋ ਵਰ ਦਿੱਤਾ। ਚੱਲੀ ਅੰਦਰ ਗੱਡੀ ਆਪਾਂ ਚਾੜਦੇ ਬਾਬਾ ਗੁਰਦਿੱਤਾ ਜੀ ਦੇ ਉੱਤੇ ਹੀ, ਸਿੱਧੀ ਉੱਤੇ ਲੈਣ ਦੀ ਆਪਾਂ ਗੁਰਦੁਆਰੇ ਦੇ। ਹੁਣ ਖੜਾਂਗੇ ਬਾਬਾ ਬੁੱਢਾ ਸ਼ਾਹ ਜੀ ਦੇ, ਉੱਥੇ ਲੈ ਨੇ ਗੱਡੀ, ਬਹੁਤ ਡਾਊਨ ਪੈਣਾ ਇੱਥੋਂ, ਗਾੜੀ ਜਾ ਕੇ ਵੀਡੀਓ ਬਣਾਵਾਂਗੇ। ਸਣੀ ਨੂੰ ਘੱਲਾਂਗੇ ਗਾਂ, ਸਣੀ ਓਏ ਚੱਲ ਗਾਂ, ਚੱਲ ਆਹ ਡਰਾਈਵਰ ਹੈ ਆਪਣਾ ਪ੍ਰਿੰਸ ਸਿੰਘ, ਹੈਵੀ ਡਰਾਈਵਰ ਹੈ ਇਹ। ਹਾਂ ਉਤਰ ਗਏ ਜੀ ਅਸੀਂ ਬਾਬਾ ਗੁਰਦਿੱਤਾ ਜੀ ਦੇ, ਹੁਣ ਚੱਲ ਜਾਣਾ ਪਰਲੇ ਬਣੇ ਬਾਬਾ ਬੁੱਢਾ ਸ਼ਾਹ ਜੀ ਦੇ। ਹਾਰਨ ਵੱਜਦਾ ਗੱਡੀ ਦਾ ਹੋਰ ਮੋਸ਼ਨ ਬਣ ਜਾਂਦਾ। ਅਸੀਂ ਪਹੁੰਚ ਚੁੱਕੇ ਜਾਓ, ਮਰ ਗਿਆ ਸੀ ਮੋਸ਼ਨ ਗੱਡੀ ਦਾ, ਮਾਰਦੇ ਹਾਰ ਲਓ ਬਾਂਜੇ ਮੋਸ਼ਨ ਫੇਰ। ਵੀ ਮਿੱਤਰੋ ਸਾਰੇ ਗੁਰਦੁਆਰੇ ਘੁੰਮ ਘੁੰਮ ਕੇ ਅਸੀਂ ਆ ਗਏ ਜੇ ਆਪਣੇ ਲੰਗਰ ਦੇ ਵਿੱਚ, ਅਤੇ ਗੱਡੀਆਂ ਅਸੀਂ ਲਾਤੀਆਂ ਟਿਕਾਣੇ 'ਤੇ, ਕਿਆ ਕਰੋ।